ਯੋਗਾ ਦਿਵਸ ਤੇ ਪਹਾੜ ਤੋਂ ਡਿੱਗੀ ਰੋਡਵੇਜ ਦੀ ਬੱਸ, ਚਾਰ ਲੋਕਾਂ ਦੀ ਹੋ ਗਈ ਦਰਦਨਾਕ ਮੌਤ। ਮੌਕੇ ਤੇ ਪੈ ਗਿਆ ਚੀਕ ਚਿਹਾੜਾ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਯੋਗਾ ਦਿਵਸ ਮੌਕੇ ਸਵੇਰੇ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਤਾਂ ਇੱਕ ਰੋਡਵੇਜ ਦੀ ਬੱਸ ਸੀ ਜਿਹੜੀ ਪਹਾੜ ਤੋਂ ਡਿੱਗ ਜਾਂਦੀ ਹੈ ਤੇ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ ਤੇ ਬੱਸ ਇਸ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਬੱਸ ਦੇ ਡਰਾਈਵਰ, ਕੰਡਕਟਰ, ਇੱਕ ਵਿਅਕਤੀ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਤਾਂ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਯੋਗਾ ਦਿਵਸ ਮੌਕੇ ਇਹ ਰੋਡਵੇਜ ਦੀ ਬੱਸ ਸੀ ਤੇ ਅਚਾਨਕ ਇਸ ਦੇ ਨਾਲ ਹਾਦਸਾ ਹੋ ਜਾਂਦਾ ਹੈ ਤੇ ਪਹਾੜ ਤੋਂ ਡਿੱਗ ਜਾਂਦੀ ਹੈ। ਤਾਂ ਬੱਸ ਦੀ ਹਾਲਤ ਵੀ ਵੇਖ ਸਕਦੇ ਹੋ ਕੀ ਹੋਈ ਪਈ ਹੈ। ਇਸ ਦੇ ਜਿਹੜੇ ਟਾਇਰ ਹੁੰਦੇ ਨੇ ਉਹ ਵੱਖ ਹੋ ਕੇ ਡਿੱਗ ਜਾਂਦੇ ਨੇ। ਤਾਂ ਬਿਲਕੁਲ ਪਲਟੀ ਹੋਈ ਹੈ ਬੱਸ ਜਿਹੜੀ ਕਿ ਪਹਾੜ ਦੇ ਉੱਤੋਂ ਡਿੱਗ ਜਾਂਦੀ ਹੈ ਤੇ ਚਾਰ ਲੋਕਾਂ ਦੀ ਇਸ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਪੈ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਲੋਕ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਸ਼ਿਮਲਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਹਿਮਾਚਲ ਰੋਡਵੇਜ ਦੀ ਬੱਸ ਸੀ। ਤਾਂ ਸਵੇਰੇ ਸਵੇਰੇ ਇਸ ਦੇ ਵਿੱਚ ਸਵਾਰੀਆਂ ਘੱਟ ਸੀ, ਤਾਂ ਜਦ ਇਹ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਨੇ ਹਸਪਤਾਲ ਜਾ ਕੇ ਦਮ ਤੋੜਿਆ। ਤਾਂ ਹੁਣ ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਦੀ ਟੀਮ ਦੇ ਵੱਲੋਂ ਸਰਚ ਕੀਤੀ ਜਾ ਰਹੀ ਹੈ ਕਿ ਬੱਸ ਦੇ ਵਿੱਚ ਕੋਈ ਹੋਰ ਤਾਂ ਨਹੀਂ। ਜਾਂਚ ਦਾ ਵਿਸ਼ਾ ਹੈ ਕਿ ਇਹ ਹਾਦਸਾ ਹੋਇਆ ਕਿਵੇਂ, ਕਿਸ ਗਲਤੀ ਕਰਕੇ ਹੋਇਆ। ਫਿਲਹਾਲ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਤਾਂ ਸ਼ਿਮਲਾ ਦੇ ਵਿੱਚ ਯੋਗਾ ਦਿਵਸ 'ਤੇ ਸਵੇਰੇ ਸਵੇਰੇ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅਭੀ ਤੱਕ ਪੰਜ ਹਮਨੇ ਇੰਜਰਡ ਜੋ ਹੈ ਰੋਡੂ ਭੇਜੇ ਥੇ, ਜੋ ਅਭੀ ਤੱਕ ਫੋਨ 'ਤੇ ਸੂਚਨਾ ਮਿਲੀ ਹੈ ਉਸਮੇ ਸੇ ਡਰਾਈਵਰ ਔਰ ਕੰਡਕਟਰ ਵੋ ਦੋਨੋਂ ਵੀ ਕੋਲੈਪਸ ਕਰ ਗਏ ਹੈ। ਔਰ ਤਿੰਨ ਹਮਾਰੇ ਇੰਜਰਡ ਔਰ ਹੈ, ਉਸਮੇ ਸੇ ਇੱਕ ਸੀਰੀਅਸ ਬਤਾ ਰਹੇ ਹੈ ਔਰ ਦੋ ਕੋ ਮਾਈਨਰ ਇੰਜਰੀ ਹੈ। ਮੈਂ ਰੋਡੂ ਜਾ ਰਹਾ ਹੂੰ, ਵਹੀਂ ਸੇ ਜਾ ਰਹਾ ਹੂੰ। ਐਸਐਮ ਸਾਹਿਬ, ਲਗਭਗ ਕਿਤਨੀ ਸਵਾਰੀਆਂ ਮੌਜੂਦ ਥੀ ਬਸ ਮੈਂ ਕੋਈ ਆਈਡੀਆ? ਪੰਜ ਸਵਾਰੀਆਂ ਜੋ ਅਭੀ ਤੱਕ ਸੂਚਨਾ ਮਿਲੀ ਹੈ, ਪੰਜ ਸਵਾਰੀਆਂ। ਪੰਜ ਸਵਾਰੀਆਂ ਥੀ ਔਰ ਦੋ ਡਰਾਈਵਰ ਕੰਡਕਟਰ ਥੇ, ਟੋਟਲ ਸਾਤ ਲੋਕ ਉਸਮੇ ਸਵਾਰ ਥੇ। ਬਾਕੀ ਇੱਕ ਰੈਕੀ ਕਰ ਰਹੇ ਹੈਂ ਹਮ ਨੀਚੇ, ਮੈਨੇ ਪੁਲਿਸ ਵਾਲੋਂ ਕੋ ਬੋਲਾ, ਐਸਾ ਨਾ ਹੋ ਕਿ ਕੋਈ ਛਟਕੇ। ਜੀ ਜੀ। ਯੋਗਾ ਦਿਵਸ ਤੇ ਪਹਾੜ ਤੋਂ ਡਿੱਗੀ ਰੋਡਵੇਜ ਦੀ ਬੱਸ, ਚਾਰ ਲੋਕਾਂ ਦੀ ਹੋ ਗਈ ਦਰਦਨਾਕ ਮੌਤ। ਮੌਕੇ ਤੇ ਪੈ ਗਿਆ ਚੀਕ ਚਿਹਾੜਾ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਯੋਗਾ ਦਿਵਸ ਮੌਕੇ ਸਵੇਰੇ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਤਾਂ ਇੱਕ ਰੋਡਵੇਜ ਦੀ ਬੱਸ ਸੀ ਜਿਹੜੀ ਪਹਾੜ ਤੋਂ ਡਿੱਗ ਜਾਂਦੀ ਹੈ ਤੇ ਚਾਰ ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ ਤੇ ਬੱਸ ਇਸ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਬੱਸ ਦੇ ਡਰਾਈਵਰ, ਕੰਡਕਟਰ, ਇੱਕ ਵਿਅਕਤੀ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਤਾਂ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਯੋਗਾ ਦਿਵਸ ਮੌਕੇ ਇਹ ਰੋਡਵੇਜ ਦੀ ਬੱਸ ਸੀ ਤੇ ਅਚਾਨਕ ਇਸ ਦੇ ਨਾਲ ਹਾਦਸਾ ਹੋ ਜਾਂਦਾ ਹੈ ਤੇ ਪਹਾੜ ਤੋਂ ਡਿੱਗ ਜਾਂਦੀ ਹੈ। ਤਾਂ ਬੱਸ ਦੀ ਹਾਲਤ ਵੀ ਵੇਖ ਸਕਦੇ ਹੋ ਕੀ ਹੋਈ ਪਈ ਹੈ। ਇਸ ਦੇ ਜਿਹੜੇ ਟਾਇਰ ਹੁੰਦੇ ਨੇ ਉਹ ਵੱਖ ਹੋ ਕੇ ਡਿੱਗ ਜਾਂਦੇ ਨੇ। ਤਾਂ ਬਿਲਕੁਲ ਪਲਟੀ ਹੋਈ ਹੈ ਬੱਸ ਜਿਹੜੀ ਕਿ ਪਹਾੜ ਦੇ ਉੱਤੋਂ ਡਿੱਗ ਜਾਂਦੀ ਹੈ ਤੇ ਚਾਰ ਲੋਕਾਂ ਦੀ ਇਸ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਪੈ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਲੋਕ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਸ਼ਿਮਲਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਹਿਮਾਚਲ ਰੋਡਵੇਜ ਦੀ ਬੱਸ ਸੀ। ਤਾਂ ਸਵੇਰੇ ਸਵੇਰੇ ਇਸ ਦੇ ਵਿੱਚ ਸਵਾਰੀਆਂ ਘੱਟ ਸੀ, ਤਾਂ ਜਦ ਇਹ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਦੋ ਨੇ ਹਸਪਤਾਲ ਜਾ ਕੇ ਦਮ ਤੋੜਿਆ। ਤਾਂ ਹੁਣ
ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੀ ਟੀਮ ਦੇ ਵੱਲੋਂ ਸਰਚ ਕੀਤੀ ਜਾ ਰਹੀ ਹੈ ਕਿ ਬੱਸ ਦੇ ਵਿੱਚ ਕੋਈ ਹੋਰ ਤਾਂ ਨਹੀਂ। ਜਾਂਚ ਦਾ ਵਿਸ਼ਾ ਹੈ ਕਿ ਇਹ ਹਾਦਸਾ ਹੋਇਆ ਕਿਵੇਂ, ਕਿਸ ਗਲਤੀ ਕਰਕੇ ਹੋਇਆ। ਫਿਲਹਾਲ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਤਾਂ ਸ਼ਿਮਲਾ ਦੇ ਵਿੱਚ ਯੋਗਾ ਦਿਵਸ ਤੇ ਸਵੇਰੇ ਸਵੇਰੇ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅਭੀ ਤੱਕ 5 ਹਮਨੇ ਇੰਜਰਡ ਜੋ ਹੈ ਰੋੜੂ ਭੇਜੇ ਥੇ, ਜੋ ਅਭੀ ਤੱਕ ਫੋਨ ਤੇ ਸੂਚਨਾ ਮਿਲੀ ਹੈ ਉਸਮੇ ਸੇ ਡਰਾਈਵਰ ਔਰ ਕੰਡਕਟਰ ਵੋ ਦੋਨੋਂ ਵੀ ਕੋਲੈਪਸ ਕਰ ਗਏ ਹੈ। ਔਰ 3 ਹਮਾਰੇ ਇੰਜਰਡ ਔਰ ਹੈ, ਉਸਮੇ ਸੇ 1 ਸੀਰੀਅਸ ਬਤਾ ਰਹੇ ਹੈ ਔਰ 2 ਕੋ ਮਾਈਨਰ ਇੰਜਰੀ ਹੈ। ਮੈਂ ਰੋੜੂ ਜਾ ਰਹਾ ਹਾਂ, ਵਹੀਂ ਸੇ ਜਾ ਰਹਾ ਹਾਂ। ਐਸਐਮ ਸਾਹਿਬ, ਲਗਭਗ ਕਿਤਨੀ ਸਵਾਰੀਆਂ ਮੌਜੂਦ ਥੀ ਬਸ ਮੈਂ ਕੋਈ ਆਈਡੀਆ? 5 ਸਵਾਰੀਆਂ ਜੋ ਅਭੀ ਤੱਕ ਸੂਚਨਾ ਮਿਲੀ ਹੈ, 5 ਸਵਾਰੀਆਂ, 5 ਸਵਾਰੀਆਂ ਥੀ ਔਰ 2 ਡਰਾਈਵਰ ਕੰਡਕਟਰ ਥੇ, ਟੋਟਲ 7 ਲੋਕ ਉਸਮੇ ਸਵਾਰ ਥੇ। ਬਾਕੀ ਇੱਕ ਰੈਕੀ ਕਰ ਰਹੇ ਹੈ ਹਮ ਨੀਚੇ, ਮੈਨੇ ਪੁਲਿਸ ਵਾਲੋਂ ਕੋ ਬੋਲਾ ਐਸਾ ਨਾ ਹੋ ਕਿ ਕੋਈ ਛਿਟਕ ਕੇ। ਜੀ ਜੀ।